ਲੋਕਲ ਬਾਡੀਜ਼ ਤੇ ਟੂਰਿਜ਼ਮ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਵਿਧਾਇਕ ਤੇ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਨਗਰ ਕੌਂਸਲ ਨੰਗਲ ਵਿੱਚ ਪਹੁੰਚੇ ਜਿੱਥੇ ਉਹਨਾਂ ਨੇ ਕੌਂਸਲ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਅਤੇ ਵਿਕਾਸ ਕਾਰਜਾਂ ਤੇ ਚਰਚਾ ਵੀ ਕੀਤੀ। ਇਸ ਉਪਰੰਤ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਸਿੱਧੂ ਨੇ ਆਖਿਆ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਵੱਲੋਂ ਰੂਪਨਗਰ ਵਿੱਚ ਸਤਲੁਜ ਦਰਿਆ ਦੇ ਕਿਨਾਰੇ ਤੇ ਬਣੇ ਗਏ ਆਲੀਸ਼ਾਨ ਬੋਟ ਕਲੱਬ ਨੂੰ ਬਿਨਾਂ ਕਾਰਨ ਗਿਰਾਉਣ ਦੀ ਹੁਣ ਪੰਜਾਬ ਸਰਕਾਰ ਉੱਚ ਪੱਧਰੀ ਜਾਂਚ ਕਰਵਾਏਗੀ ਤਾਂ ਜੋ ਪਤਾ ਚੱਲ ਸਕੇ ਕਿ ਇਸ ਹੋਟਲ ਨੂੰ ਗਿਰਾਉਣ ਦੀ ਸਾਜਿਸ਼ ਵਿੱਚ ਕਿਹੜੇ ਕਿਹੜੇ ਲੋਕਾਂ ਦਾ ਹੱਥ ਹੈ। ਸਿੱਧੂ ਨੇ ਇਸ ਦੇ ਮਾਮਲੇ ਸੰਬੰਧੀ ਸਾਰੀ ਰਿਪੋਰਟ 2-3 ਦਿਨਾਂ ਵਿੱਚ ਜਮ੍ਹਾਂ ਕਰਵਾਉਣ ਦੇ ਆਦੇਸ਼ ਦਿੱਤੇ। ਇੱਕ ਫੋਰੈਂਸਿਕ ਫਾਈਨੈਂਸ਼ੀਅਲ ਆਡਿਟ ਹੋਊਗਾ ਕਿਸੇ ਬਹੁਤ ਵੱਡੀ ਇੰਟਰਨੈਸ਼ਨਲ ਲੈਵਲ ਦੀ ਕੰਪਨੀ ਦਾ, ਕਿਉਂਕਿ ਅੱਜ ਤੱਕ ਕਮੇਟੀਆਂ ਦੇ ਵਿੱਚ ਆਡਿਟ ਹੀ ਨਹੀਂ ਹੋਏ ਤੇ ਜਦੋਂ ਆਡਿਟ ਨਹੀਂ ਹੋਏ ਤੇ ਜਵਾਬਦੇਹੀ ਕਿਵੇਂ ਨੇ ਲੋਕ। ਸੋ ਇਹ ਸਾਡੇ ਡਿਪਾਰਟਮੈਂਟ ਵੱਲੋਂ ਇੱਕ ਤੇ ਇਹ ਆਰਡਰ ਇਸ਼ੂ ਹੋ ਗਿਆ ਕਿ ਅੱਗੇ ਤੋਂ ਜਿੰਨੇ ਨਵੇਂ ਕੰਮ ਸ਼ੁਰੂ ਹੋਣੇ ਆ ਉਹਨਾਂ ਦਾ ਨੋਟੀਫਿਕੇਸ਼ਨ, ਅਫਸਰ ਦਾ ਫੋਨ ਨੰਬਰ, ਕਮੇਟੀ ਦੇ ਅਫਸਰ ਦਾ ਫੋਨ ਨੰਬਰ, ਸਪੈਸੀਫਿਕੇਸ਼ਨ ਤੇ ਕੰਮ ਖਤਮ ਹੋਣ ਦਾ ਆਡਿਟ।